ਗੁਰੂ ਘਰ ਵਿੱਚ ਤੁਸੀਂ ਬਾਣੀ ਪੜੋਗੇ ਕੋਈ ਵੀ ਕਰਮ ਹੈ ਜਿੱਥੇ ਪਰਮਾਤਮਾ ਦਾ ਨਾਮ ਮਨਫੀ ਕੀਤਾ ਜਾਂਦਾ ਹੈ ਗੁਰੂ ਘਰ ਵਿੱਚ ਉਸ ਕਰਮ ਨੂੰ ਸਵੀਕਾਰ ਕੀਤਾ ਹੀ ਨਹੀਂ ਗਿਆ ਉਹਨੂੰ ਦੂਜਾ ਭਾਉ ਕਿਹਾ ਹੈ ਉਹਨੂੰ ਮਨਮੁਖਤੀ ਕਿਹਾ ਹੈ ਦੂਜੀ ਗੱਲ ਬੋਧੀ ਬਿਖਸ਼ੂ ਜਿਹੜੇ ਨੂੰ ਮੈਂ ਤਰਕ ਨਹੀਂ ਬਸ ਇਸ ਕਰਕੇ ਥੋੜਾ ਜਿਹਾ ਉਤਰ ਹੈ ਬੋਧੀ ਬਿਖਸ਼ੂ ਭਾਵੇਂ ਅਠਾ ਪੈਰਾਂ ਵਿੱਚ ਇੱਕ ਵਾਰੀ ਮੰਗਦਾ ਹੈ ਪਰ ਉਹ ਬੂਵੇ ਦੇ ਉੱਤੇ ਖੱਪਰ ਲੈ ਕੇ ਜਾਂਦਾ ਹੈ ਅੱਜ ਵੀ ਥਾਈਲੈਂਡ ਤੁਸੀਂ ਦੇਖੋ ਇੱਕ ਵਾਰੀ ਮੰਗਣ ਜਾਂਦੇ ਆ ਠੀਕ ਹੈ ਉਹ ਧਿਆਨ ਚ ਬੈਠਦੇ ਆ ਪਰ ਜਦੋਂ ਬੂਹੇ ਅੱਖ ਖਲੋਂਦੇ ਆ ਉਹਨਾਂ ਦੇ ਖੱਪਰ ਵਿੱਚ ਗ੍ਰਿਸ਼ਤੀ ਕੁਝ ਪਾਉਂਦਾ ਹੈ ਗੁਰੂ ਨੇ ਬਿਲਕੁਲ ਭਿਖਾਰੀ ਸਿੱਖ ਨਹੀਂ ਪੈਦਾ ਕੀਤਾ ਗੁਰੂ ਕਹਿੰਦਾ ਤੇਰਾ ਹੱਥ ਕਦੀ ਵੀ ਬੰਦਿਆਂ ਸਾਹਮਣੇ ਇਸ ਤਰ੍ਹਾਂ ਨਾ ਹੋਵੇ ਜਦੋਂ ਵੀ ਤੇਰਾ ਹੱਥ ਹੋਵੇ ਇਸ ਤਰ੍ਹਾਂ ਹੋਵੇ ਤੂੰ ਝੋਲੀ ਅੱਡ ਕੇ ਮੰਗੇ ਨਾ ਤੂੰ ਝੋਲੀਆਂ ਭਰਨ ਵਾਲਾ ਹੋਵੇਂ ਇਸ ਕਰਕੇ ਸਿੱਖ ਕੋਈ ਭਿਖਸ਼ੂ ਨਹੀਂ ਸੇਕਤ ਭਿਖਾਰੀ ਨਹੀਂ ਨਹੀਂ ਗੁਰੂ ਨਾਨਕ ਸਾਹਿਬ ਦੀ ਗੁਰਮਤ ਨੇ ਭਿਖਾਰੀ ਨਹੀਂ ਪੈਦਾ ਕੀਤੇ ਸੱਚੇ ਮਹਾਰਾਜ ਕਹਿੰਦੇ ਆ ਕਿ ਗੁਰਪੀਰ ਸਦਾਏ ਮੰਗਣ ਜਾਏ ਧਨ ਦੀ ਸੇਵਾ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਕਾਲ ਖਾਏ ਕਿ ਚੱਥੋਂ ਦੇ ਕਮਾਈ ਕਰੇ ਤੇ ਹੱਥੋਂ ਕੁਛ ਦੇਵੇ ਜਿੰਨੂੰ ਸਤਗੁਰੂ ਨੇ ਜੀ ਦਸਵੰਦ ਕਹਿ ਦਿੱਤਾ ਇਹ ਇਹ ਧਨ ਦੀ ਸੇਵਾ ਜੀ ਦਸਵੰਦ ਉੰਜ ਵੈਸੇ ਹੁਣ ਅਸੀਂ ਨਾਲੇ ਵੀ ਜੋੜ ਦਿੱਤਾ ਟਾਈਮ ਦਾ ਦਸਵੰਦ ਵੀ ਕੱਢੋ ਏ ਗੁਰੂ ਕਾਲ ਵਿੱਚ ਕੋਈ ਨਹੀਂ ਸੀ ਜੀ ਗੁਰੂ ਕਾਲ ਚ ਕਿਤੇ ਨਹੀਂ ਸਾਨੂੰ ਪੜ੍ਹਤ ਚ ਮਿਲਦਾ ਵੀ ਦਸਵੰਦ ਕੱਢੋ ਜ਼ਿੰਦਗੀ ਦਾ ਦਸਵਾਂ ਹਿੱਸਾ ਚਲੋ ਇਹ ਤਾਂ ਇੱਕ ਵੀ ਬੰਦਾ ਲੱਗ ਜਾ ਕਿਤੇ ਨਵਾਂ ਸ਼ਬਦ ਪ੍ਰਚਲਨ ਹੋ ਗਿਆ ਵੀ ਟਾਈਮ ਦਾ ਦਸਵੰਦ ਕੱਢੋ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰਾ ਆਖਰੀ ਸਾਹ ਨਿਕਲਦਾ ਤੂੰ ਬੰਦਗੀ ਕਰੀ ਜਾ ਦੋ ਢਾਈ ਘੰਟੇ ਦੀ ਤਾਂ ਗੱਲ ਹੀ ਨਹੀਂ ਕੀਤੀ ਇਹ ਇਸ ਕਰਕੇ ਮੇਰਾ خیال ਇਹ ਤਾਂ ਪ੍ਰਚਲਨ ਕਰ ਦੇਣਾ ਹੋਣਾ ਵੀ ਲੋਕੀ ਔਰ ਦੇ ਕੋਈ ਨਾਮ ਸਮਝਾ ਦਿਓ ਵੀ ਟਾਈਮ ਦਾ ਦਸਬੰਧ ਵੀ ਕੱਢੋ ਉਂਝ ਗੁਰੂ ਸਾਹਿਬ ਬਚਨ ਕਰਦੇ ਆ ਕੁਦਰਤ ਕੀਮ ਨਾ ਜਾਣੀ ਐ ਵੱਡਾ ਬੇਪਰਵਾਹ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਇਹ ਇੱਥੇ ਦਸਵਾਂ ਹਿੱਸਾ ਕਿੱਥੇ ਆਇਆ ਟਾਈਮ ਤੇ ਦਸਬੰਧ ਮੈਂ ਹਾਂ ਜੇ ਤੁਸੀਂ ਕਿਤੇ ਪੜਿਆ ਮੈਨੂੰ ਦੱਸਿਓ ਮੈਂ ਮੰਨਾਂਗਾ ਗੁਰੂ ਇੱਕੋ ਕਹਿੰਦਾ ਜਿੰਨੀ ਦੇਰ ਤੱਕ ਤੇਰਾ ਆਖਰੀ ਸੁਵਾਸ ਨਹੀਂ ਨਿਕਲਦਾ ਤੂੰ ਪ੍ਰਮਾਤਮਾ ਦੀ ਬੰਦਗੀ ਕਰ ਇਥੋਂ ਤੱਕ ਕਿ ਜਦ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਭਜਲੇ ਰੇ ਮਨ ਸਾਰੰਗ ਪਾਨੀ ਤੇ ਦਸਵੇਂ ਹਿੱਸੇ ਦਾ ਜ਼ਿਕਰ ਹੀ ਨਹੀਂ ਕੀਤਾ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜੇ ਕਾਹਾਂ ਕੇ ਵੀ ਬੇਰੇ ਬਾਕੀ 22 ਘੰਟੇ ਨੂੰ ਬਿਰਤ ਚਲੇ ਜਾਣ ਬਾਬਾ ਜੀ ਤਾਂ ਕਹਿੰਦੇ ਆ ਦਮ ਦਮ ਸਦਾ ਸੰਭਾਲਦਾ ਗੁਰੂ ਸਾਹਿਬ ਕਹਿੰਦੇ ਜੋ ਸਾਹਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਫਿਰ ਜਾਂ ਸ਼ਬਦ ਵਰਦਿਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਇਹ ਇਹ ਮੈਂ ਤਰਕ ਨਹੀਂ ਕਰਦਾ ਪਿਆ ਵੀ ਸਾਨੂੰ 2.5 ਘੰਟੇ ਨਹੀਂ ਜਪਨਾ ਚਾਹੀਦਾ ਉਂਝ ਗੁਰੂ ਸਾਹਿਬ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਆ ਸਮੇਂ ਦਾ ਦਸਵੰਦ ਨਹੀਂ ਸਾਰਾ ਸਮਾਂ ਹੀ ਰੱਬ ਦਾ ਦਿੱਤਾ ਹੈ ਭਗਤ ਸਾਹਿਬ ਨੇ ਤੈਥੋਂ ਤੱਕ ਕਿਹਾ ਕਿ ਬਹੁਤ ਜਨਮ ਵਿਛਰੇ ਤੇ ਮਾਦੋ ਅੱਗੇ ਕੀ ਏ ਇਹ ਥੋੜਾ ਕਿ ਇਹ ਜਨਮ ਦਾ ਦਸਵਾਂ ਹਿੱਸਾ ਤੈਨੂੰ ਦੇ ਦਿਆਂ ਨਾ ਪਤਾ ਨਹੀਂ ਕਿਵੇਂ ਪ੍ਰਚਲਿਤ ਹੋ ਗਿਆ 10 ਦਸਵਾਂ ਹਿੱਸਾ 2.5 ਘੰਟੇ ਕਹਿੰਦੇ ਨੇ ਇਹ ਜਨਮ ਤੁਹਾਰੇ ਲੈ ਕੇ ਸਾਰੀ ਜ਼ਿੰਦਗੀ ਤੇਰੇ ਬੰਦਗੀ ਨੂੰ ਖੈ ਪਰ ਚੱਲਣ ਵਾਸਤੇ ਜ਼ਰੂਰੀ ਹੈ ਬੰਦੇ ਨੂੰ ਸਮਝਾ ਦਿੱਤਾ ਜਾਏ ਤੂੰ ਤੁਰ ਅਰਜ਼ ਕਰਾਂਗਾ ਜੀ ਜਿਹੜੀ ਧਨ ਦੀ ਸੇਵਾ ਹੈ ਇਹ ਦਸਵੰਦ ਰਾਖੀ ਹੁਣ ਇਹ ਬਹੁਤ ਘੱਟ ਸੱਜਣ ਨੇ ਬੀਜ ਨਾਸ ਨਹੀਂ ਜਿਹੜੇ ਦਸਵੰਦ ਕੱਢਦੇ ਆ ਉਹਦਾ ਕਾਰਨ ਹੈ ਕਿ ਮਨ ਬੜਾ ਚੰਚਲ ਹੈ ਆਪਣੇ ਆਪ ਧਰਮ ਦੀ ਡੈਫੀਨੇਸ਼ਨ ਬਣਾਉਂਦਾ ਉਹਨੂੰ ਖੰਡਨ ਕਰਕੇ ਨਵੀਂ ਆਪੇ ਬਣਾ ਲੈਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਿਹੜੇ ਬੰਦੇ ਬਾਬੇ ਨੂੰ ਦਸਵੰਦ ਨਹੀਂ ਦੇਣਗੇ ਉਹਨਾਂ ਨੂੰ ਬਾਬਰ ਕੇ ਧੱਕੇ ਨਾਲ ਖੋ ਕੇ ਲੈ ਜਾਣਗੇ ਬਾਬੇ ਕੇ ਬਾਬਰ ਕੇ ਦੂ ਆਪ ਕੀਏ ਪਰਮੇਸ਼ਰ ਸਹੁ ਜੋ ਬਾਬੇ ਕੋ ਦਾਮ ਨਾ ਦੇਹ ਤਿੰਨ ਤੇ ਗਏ ਬਾਬਰ ਕੇ ਲੈ ਹੈ ਲੈ ਜਾਂਦਾ ਕੋਈ ਨਾ ਕੋਈ ਆ ਕੇ ਡਾਕਟਰ ਆ ਗਿਆ ਬਿਮਾਰੀ ਆ ਗਈ ਕੋਈ ਇਹੋ ਜੀ ਗੱਲ ਬਣ ਗਈ ਜੋ ਆਪਾਂ ਕੀਰਤ ਕਰਨੇ ਆ ਮੇਰੀ ਬੇਨਤੀ ਸੁਣੋ ਦੇਖੋ ਰਹਿਤਨਾਮਿਆਂ ਪਹਿਲਿਆਂ ਚ ਲਿਖਿਆ ਸੀ ਜੇ ਸਿੱਖ ਘਰ ਗੁਰੂ ਕੀ ਗੋਲਕ ਰੱਖੇ ਭਾਵੇਂ ਸ਼ਬਦ ਵਰਤਨੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕੇ ਕੋਈ ਸ਼ੱਕ ਨਹੀਂ ਜੇ ਘਰ ਵਿੱਚ ਗੋਲਕ ਰੱਖੇਗਾ ਤੇ ਗਰੀਬ ਦੇ ਮੂੰਹ ਚ ਕੁਝ ਪਾਏਗਾ ਜੇ ਘਰ ਹੀ ਗੋਲਕ ਨਹੀਂ ਤਾਂ ਹੁਣ ਉਸ ਜਦੋਂ ਆਪਾਂ ਕੀਰਤ ਕਰਨੇ ਆ ਜੀ 10 ਬਿੰਤੀ ਕਰੇ ਜੋ ਤੁਹਾਡਾ ਖਰਚਾ ਹੁੰਦਾ ਹੈ ਜੋ ਆ ਰਿਹਾ ਹੈ ਉਸ ਤੋਂ ਬਾਅਦ ਜੋ ਬਚ ਰਿਹਾ ਨਾ ਉਹਦੇ ਵਿੱਚੋਂ ਦਸਵੰਦ ਜਰੂਰ ਕੱਢਣਾ ਚਾਹੀਦਾ ਬਿੰਤੀ ਜਰੂਰ ਦਸਵੰਦ ਕੱਢੋ ਪਰ ਇਹ ਮਨ ਇੰਨਾ ਭੜਾ ਮੈਂ ਇੱਕ ਵਾਰ ਕਿਹਾ ਸੀ ਇਹ 100 ਰੁਪਏ ਚੋਂ 10 ਕੱਢ ਕੇ ਆ ਜਾਏਗਾ ਗੁਰਦੁਾਰੇ ਬਾਬਾ ਜੀ ਤੁਹਾਡੇ ਤੁਹਾਡਾ ਦਸ਼ਮੰਦ ਕਰ ਦਿੱਤਾ ਹਜ਼ਾਰ ਚੋਂ 100 ਵੀ ਕੱਢ ਲਏਗਾ 10000 ਵਿੱਚੋਂ 1000 ਵੀ ਕੱਢੇਗਾ ਲੱਖ ਵਿੱਚੋਂ 10000 ਵੀ ਕੱਢੇਗਾ ਯਾਦ ਰੱਖਿਓ ਜਿੱਦਨ ਕਰੋੜ ਵਿੱਚੋਂ 10 ਲੱਖ ਕੱਢਣਾ ਪੈਗਾ ਬਈ ਮਨ ਮੰਨ ਕਹਿੰਦਾ ਮਨਾ ਤੇ 10 ਲੱਖ ਕਿਸੇ ਬਿਜ਼ਨਸ ਚ ਪਾਇਆ ਹੁੰਦਾ ਤੇ ਕਿੱਥੇ ਪਹੁੰਚ ਜਾਣਾ ਸੀ ਸੱਚੀ ਐਸ ਤਰ੍ਹਾਂ ਹੀ ਨਾ ਜੀ ਫਿਰ ਇਹਨੂੰ ਪੁੱਛੋ ਦਸਵੰਦ ਕੱਢੋ ਬਾਬਾ ਜੀ ਗਿਣ-ਗੁਣ ਕੇ ਨਹੀਂ ਕੱਢਦੇ ਉਹ ਕੱਢਦੇ ਜ਼ਰੂਰ ਆ ਜਦੋਂ ਗਿਣ-ਗੁਣ ਕੇ ਨਹੀਂ ਕੱਢਦਾ ਉਹ ਬੇਈਮਾਨੀ ਆ ਰਹੀ ਵਿੱਚ ਕਿਉਂਕਿ ਉਹ ਮਨ ਜਿਹੜਾ ਹੈ ਫਿਰ ਇਹਨੂੰ ਕਿਵੇਂ ਦੇਖੀਏ ਇਹਨੂੰ ਸਮਝਾਣਾ ਹੈ ਨਾ ਮਨ ਨੂੰ ਇਹ ਜਦੋਂ ਕਰੋੜ ਵਿੱਚੋਂ ਮੈਂ ਬੇਨਤੀ ਕਰਾਂ ਵੀ 10 ਲੱਖ ਕੱਢੇ ਇਹ 10 ਲੱਖ ਕਿਉਂ ਦੇਖਦਾ ਹੈ ਇਹ 90 ਲੱਖ ਵੱਲ ਝਾਤੀ ਮਾਰੇ ਜਿਹੜਾ ਗੁਰੂ ਨੇ ਤੈਨੂੰ ਵਰਤਣ ਵਾਸਤੇ ਦਿੱਤਾ ਹੈ ਫਿਰ ਦੇਖੋ ਮਨ ਕਿਵੇਂ ਟਿਕੇਗਾ ਇਹ ਵੀ ਸੱਚ ਜੇ ਆਪ ਕਿਰਤੀ ਬੈਠੇ ਹੋ ਗੁਰਮਖੋ ਇਮਾਨਦਾਰੀ ਨਾਲ ਦਸਵੰਦ ਕੱਢ ਕੇ ਵੇਖਿਓ ਸਤਿਗੁਰੂ ਜ਼ਿੰਦਗੀ ਚ ਕਦੀ ਤੁਹਾਡੀ ਪਿੱਠ ਨਹੀਂ ਲੱਗਣ ਦਏਗਾ ਬਹੁਤ ਲੋਕ ਡੁੱਬੇ ਪਿੱਛੇ ਜਦੋਂ ਇਕਨੋਮੀ ਡਿੱਗੀ ਸੱਚੀ ਮੁੱਜੀ ਜਿਹੜੇ ਵੱਡਿਆਂ ਨਾਲ ਜਿਹੜੇ ਸ਼ੇਅਰ ਪਾਈ ਬੈਠੇ ਸਾਨੂੰ ਨਹੀਂ ਡੁੱਬੇ ਤੇ ਜਿਹੜਾ ਆਪਣੇ ਕੰਮ ਵਿੱਚ ਗੁਰੂ ਨਾਨਕ ਨੂੰ ਸ਼ਾਮਲ ਕਰ ਲਓ ਵੀ ਕਦੀ ਡੁੱਬਦਾ ਨਹੀਂ ਹੁੰਦਾ ਬੇਨਤੀ ਹੈ ਜੀ ਧਨ ਦੀ ਸੇਵਾ ਗੁਰੂ ਜੀ ਨੇ ਕਿਹਾ ਹੈ ਕਾਲ ਕਾਹਿ ਕਿ ਚਾਥੋਂ ਦੇ ਨਾਨਕ ਰਾਹ ਪਛਾਣੇ ਸੇ ਇੱਕ ਬਚਨ ਔਰ ਭਾਈ ਸਾਹਿਬ ਦਾ ਜੀ ਗੁਰਸ਼ਿਕ ਭਲਕੇ ਉੱਠਕਰ ਅੰਮ੍ਰਿਤ ਵੇਲਾ ਸਰਨਾਵੰਦਾ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨਦਾ ਉਹਦੇ ਵਿੱਚ ਇੱਕ ਬਚਨ ਆਉਂਦਾ ਕਿਰਤ ਵਿਰਤ ਕਰ ਧਰਮ ਦੀ ਇਹ ਇਹ ਧਨ ਦੀ ਛੇਵੈ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਘੁੰਮਦਾ ਧੰਨ ਦੀ ਜਿਹੜੀ ਪਰਮਾਤਮਾ ਨੇ ਦਾਤ ਦਿੱਤੀ ਏ ਇਹਦੀ ਸੇਵਾ ਜ਼ਰੂਰ ਅਗਲੀ ਗੱਲ ਹੋਰ ਮੈਂ ਥੋੜੀ ਜੀ ਬੇਨਤੀ ਕਰਦਿਆਂ ਧੰਨ ਦੀ ਸੇਵਾ 'ਚ ਇੱਕ ਸਮੱਸਿਆ ਸਾਡੀ ਖੜੀ ਹੋ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਚਲੋ ਹੁਣ ਤਾਂ ਘਟ ਗਿਆ ਧੰਨ ਦੀ ਸੇਵਾ ਕਰਕੇ ਉਸ ਤੋਂ ਬਾਅਦ ਇਹ ਪ੍ਰਚਲਨ ਹੈ ਕਿ ਬੰਦੇ ਦਾ ਨਾਮ ਜ਼ਰੂਰ ਲਿਖਿਆ ਜਾਂਦਾ ਇਸ ਤਰੀ ਸੀ ਪਹਿਲਾਂ ਜੀ ਬੋਰਡ ਤੇ ਲਿਖੋ ਪੱਥਰ ਤੇ ਲਿਖੋ ਗੁਰਮਖੋ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਜਦੋਂ ਤੂੰ ਧਨ ਨਾਲ ਪੁੰਨ দান ਕਰੇ ਉਸ ਦਿਨ ਬਹੁਤ ਸਿਮਰਨ ਕਰੀ ਕਿਉਂ ਇਸ ਕਰਕੇ ਪ੍ਰਮਾਤਮਾ ਆਖਰ ਉਹ ਵੀ ਨੇ ਜਿਹੜੇ ਝੋਲੀ ਅੱਡ ਕੇ ਮੰਗਦੇ ਨੇ ਤੂੰ ਇੰਨੀ ਕਿਰਪਾ ਦਿੱਤੀ ਮੈਨੂੰ ਦੇਣ ਜਿੰਨੀ ਬਖਸ਼ਿਸ਼ ਕਰ ਦਿੱਤੀ ਤੂੰ ਆਪ ਸੁਖਮਨੀ ਸਾਹਿਬ ਚ ਪੜਦੇ ਹੋ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਅੱਗੇ ਕੀ ਕਹੇ ਵੀ ਆਪਣਾ ਨਾਮ ਸ਼ੂਰ ਕਰ ਨਹੀਂ ਐਸਾ ਨਹੀਂ ਹੋਰ ਬੰਤੀ ਸਣੋ ਕਈ ਵਾਰੀ ਪ੍ਰਬੰਧਕ ਵੀਰਾਂ ਦੀ ਸ਼ਮਤ ਆ ਜਾਂਦੀ ਜੇ ਜੇ ਮੰਨ ਲਓ ਐਡੀਆਂ ਐਡੀਆਂ ਵੱਡੀਆਂ ਲਿਸਟਾਂ ਤੁਹਾਨੂੰ ਪਤਾ ਹੈ ਵੀ ਸ਼੍ਰੋਮਣੀ ਕਮੇਟੀ ਦੀ ਖੂਨ ਤੋਂ ਪਹਿਲਾਂ ਬੜੀ ਵੱਡੀ ਲਿਸਟ ਪੜੀ ਜਾਂਦੀ ਸੀ ਦਰਬਾਰ ਸਾਹਿਬ ਤੇ ਇਹ ਅਸੀਂ ਗ੍ਰੰਥੀ ਸਭਾ ਨੂੰ ਵੀ ਕਹਿੰਨੇ ਕਿਉਂ ਨਹੀਂ ਨਾਲ ਲਿਆ ਕੋ ਗੁਰਮਖੋ ਜਿੰਨੂੰ ਤੁਸੀਂ ਸੁਣਾਣਾ ਚਾਹੁੰਦੇ ਹੋ ਉਹਨੇ ਤਾਂ ਉਦੋਂ ਹੀ ਤੁਹਾਡੇ ਫੁਰਨੇ ਨੂੰ ਦੇਖ ਲਿਆ ਸੀ ਕਰਮ ਬਾਦ ਵਿੱਚ ਉਹ ਹੈ ਸਾਡਾ ਫੁਰਨਾ ਉਹਨੇ ਪਹਿਲੀ ਸਮਝ ਲਿਆ ਸੀ ਜੇ ਘਟ ਘਟ ਕੇ ਅੰਤਰ ਕੀ ਜਾਣਤ ਹੈ ਭੁਲੇ ਭੁਲੇ ਕੀ ਪੀਰ ਪਸ਼ਾਂਤ ਹੈ ਜੇ ਬੁਰੇ ਦੀ ਬੁਰੀਾਈ ਦੇਖਦਾ ਤੇ ਚੰਗੇ ਦੀ ਚੰਗਿਆਈ ਨਹੀਂ ਦਿਸਦੀ ਉਹਨੂੰ ਪਰਿਪੂਰਣ ਪਰਮਾਤਮਾ ਵੈਗੁਰੂ ਸੁਣੋ ਉਸ ਵਕਤ ਸ਼ੇਰੇ ਪੰਜਾਬ ਦੀ ਅਰਦਾਸ ਹੁੰਦੀ ਤੇ ਅਰਦਾਸ ਅੱਜ ਵੀ ਹੁੰਦੀ ਸ਼ੇਰੇ ਪੰਜਾਬ ਦੀ ਦੇਗ ਦੀ ਅਰਦਾਸ ਹੁੰਦੀ ਜਦੋਂ ਪਹਿਲੀ ਅਰਦਾਸ ਹੁੰਦੀ ਏ ਆਸਾ ਦੀਵਾਰ ਦੀ ਉਦੋਂ ਦੇਗ ਵੇਲੇ ਕੀ ਕਿਹਾ ਜਾਂਦਾ ਸਮੂਹ ਸੰਗਤ ਅਤੇ ਟਹਿਲੂਆਂ ਦੀ ਅਰਦਾਸ ਕਿਆ ਜਾਂਦਾ ਇਹ ਕਿ ਨਾ ਕਿਨਾਂ ਲਈ ਕਿਹਾ ਜਾਂਦਾ ਜਿਹੜੀ ਸਵੇਰ ਦੀ ਦੇਗ ਉਹਦੇ ਵਾਸਤੇ ਮਾਇਆ ਸੰਗਤ ਜਮ੍ਹਾਂ ਕਰਾ ਦਿੰਦੀ ਏ ਕੁਦਰਤੀ ਤੌਰ ਤੇ ਉਹਦੇ ਵਿੱਚੋਂ ਰੋਜ਼ਾਨਾ ਦੇਗ ਬੰਦੀ ਏ ਭਾਵੇਂ ਕੋਈ ਕਰੋੜ ਜਮ੍ਹਾਂ ਕਰਾਏ ਤੇ ਭਾਵੇਂ 10 ਰੁਪਏ ਜਮ੍ਹਾਂ ਕਰਾਏ ਨਾਮ ਕਿਸੇ ਦਾ ਨਹੀਂ ਲਿਆ ਜਾਂਦਾ ਇੱਕੋ ਗੱਲ ਕਹੀ ਜਾਂਦੀ ਏ ਸਮੂਹ ਸੰਗਤ ਤੇ ਟਹਿਲਵਾਂਦੀ ਅਰਦਾਸ ਉਹ ਅਰਦਾਸ ਉਹਨਾਂ ਦੀ ਜਿਨ੍ਹਾਂ ਸੇਵਾ ਕੀਤੀ ਹੋਈ ਮੈਂ ਫਿਰ ਬੇਨਤੀ ਕਰਾਂਗਾ ਧੰਨ ਦੀ ਸੇਵਾ ਦਸਵੰਧ ਹੈ ਮਾਲਕ ਨੇ ਬਖਸ਼ਿਸ਼ ਕੀਤੀ ਉਹ ਉਹ ਜ਼ਰੂਰ ਕੱਢੀਏ ਇਹਦੇ ਨਾਲ ਇੱਕ ਹੋਰ ਬੇਨਤੀ ਜਿਹੜੀ ਕਰ ਲਗਾ ਕਦੀ ਵੀ ਧੰਨ ਦੀ ਸੇਵਾ ਕਰਕੇ ਗੁਰੂ ਨੂੰ ਇਸ ਢੰਗ ਨਾਲ ਨਹੀਂ ਵਰਤਣਾ ਕਿ ਜਿਵੇਂ ਸ਼ੇਅਰ ਪਾਏ ਜਾਂਦੇ ਨੇ ਕੰਪਨੀ 'ਚ ਹੈ ਕਿ ਨਹੀਂ ਜੀ ਮੈਂ ਇੰਨੇ ਪਾ ਦਿੱਤੇ ਇੰਨੇ ਬਣ ਜਾਣਗੇ ਕਦੀ ਗੁਰੂਕੁਲ ਇਸ ਢੰਗ ਨਾਲ ਧੰਨ ਦੀ ਸੇਵਾ ਨਹੀਂ ਕਰਨੀ ਇਹਦੇ ਬਦਲੇ ਤੂੰ ਕੀ ਦੇਵੇਂਗਾ ਜਦੋਂ ਧੰਨ ਦੀ ਸੇਵਾ ਕਰਨੀ ਆਪਣੀ ਖੌਮੇ ਨੂੰ ਮਾਰ ਕੇ ਸਮਰਪਣ ਲਈ ਕਰਨੀ ਹੈ ਇਹਨੂੰ ਸੁਣੋ ਥੋੜਾ ਜਿਹਾ ਬਾਣੀ ਚ ਆਸਾ ਕੀ ਵਾਰ ਚ ਇੱਕ ਤੋਕ ਹੈ ਗੁਰੂ ਨਾਨਕ ਸਾਹਿਬ ਜੀ ਦੀ ਤੇ ਅੱਜ ਜ਼ਿਆਦਾਤਰ ਧਰਮ ਦੀ ਦੁਨੀਆ ਚ ਇਹੀ ਵੈਗੁਰੂ ਜੀ ਜਿੰਨੇ ਧਰਮ ਸਥਾਨ ਨੇ ਨਿੰਦਿਆ ਨਿਮ ਕਰ ਰਿਆ 99% ਕਤਾਰਾਂ ਸਿਰਫ ਇਸ ਕਰਕੇ ਰੱਬ ਨੂੰ ਮੰਗਣ ਨਹੀਂ ਲੱਗੀਆਂ ਲక్ష్ਮੀ ਮੰਗਣ ਵਾਸਤੇ ਲੱਗੀਆਂ ਹੋਈਆਂ ਦੌਲਤ ਮੰਗਣ ਵਾਸਤੇ ਲੱਗੀਆਂ ਨੇ ਕਿਤੇ ਵੀ ਤੁਸੀਂ ਦਾਓ ਫਲਾਣੇ ਦਾ ਮੰਦਿਰ ਬਣਾ ਦਿਓ ਕੰਮ ਬੜਾ ਚੱਲੇਗਾ ਯਾਦ ਰੱਖਿਓ ਲੋਕ ਰੱਬ ਕੋਲੋਂ ਰੱਬ ਨੂੰ ਜੇ ਮੰਗਦੇ ਰੱਬ ਦਾ ਪਰਛਾਵਾਂ ਮੰਗਣ ਵਾਸਤੇ ਜਾਂਦੇ ਉਹਦੀ ਛਾਂ ਮੰਗਣ ਗਏ ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਹੈ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਇੱਥੇ ਸਤਿਆਂ ਬਹੁਵਚਨ ਅਸੀਂ ਪੜਾਂਗੇ ਪਰ ਇੱਥੇ ਸਤਿਆਂ ਦਾ ਅਰਥ ਸਤੀ ਨਹੀਂ ਜਿਹੜੀ ਫੂਕੀ ਜਾਂਦੀ ਹੈ ਨਾ ਬੀਬੀ ਰਾਜਪੂਤ ਜਿਹੜੇ ਸਤੀ ਪ੍ਰਥਾ ਸੀ ਜੀ ਇੱਥੇ ਸਤੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਦਾਨੀ ਦੇ ਰੂਪ ਵਿੱਚ ਵੀ ਆਇਆ ਹੈ ਨਾ ਹਉ ਜਤੀ ਸਤੀ ਨਹੀਂ ਪੜਿਆ ਉਥੇ ਸਤੀ ਦਾ ਅਰਥ ਹੈ ਦਾਨੀ ਇੱਥੇ ਜਿਹੜਾ ਸ਼ਬਦ ਆਇਆ ਸਤਿਆ ਮਨ ਸੰਤੋਖ ਊਪਜੈ ਦੇਣਾ ਕਾ ਵਿਚਾਰ ਅਰਥ ਦੇ ਸੁਣਿਓ ਥੋੜੇ ਜਿਹਾ ਧਿਆਨ ਨਾਲ ਕਿਸੇ ਬੰਦੇ ਨੇ ਧਰਮ ਦੇ ਨਾਂ ਤੇ ਧਨ ਦਾ ਦਾਨ ਕੀਤਾ ਉੰਜ ਵੈਸੇ ਗੁਰਮਖੋ ਅਸੀਂ ਗੁਰੂ ਨੂੰ ਕਦੀ ਧਨ ਦੀ ਸੇਵਾ ਕਰਕੇ ਮੇਰਾ ਖਿਆਲ ਹੈ ਗੁਰੂ ਨੂੰ ਕਦੀ ਨਹੀਂ ਇਹ ਕਹਿਣਾ ਚਾਹੀਦਾ ਮੈਂ ਗੁਰਦੁਆਰੇ ਨੂੰ ਦਾਨ ਕੀਤਾ ਨਹੀਂ দান ਹਮੇਸ਼ਾ ਲੋੜਵੰਦ ਨੂੰ ਕੀਤਾ ਜਾਂਦਾ ਹੈ ਗੁਰੂਕੁਲ ਭੇਟਾ ਲੈ ਕੇ ਆਈ ਜਾਂਦੀ ਹੈ ਗੁਰੂਕੁਲ দান ਨਹੀਂ দান ਦਾਤਾ ਕਰਦਾ ਹੈ ਭੇਟਾ ਬਖਸ਼ੀਆਂ ਹੋਈਆਂ ਦਾਤਾ ਵਿੱਚੋਂ ਸਮਰਪਣ ਹੁੰਦਾ ਹੈ ਇਸੇ ਕਰਕੇ ਆਪ ਜੀ ਕੀਰਤਨ ਦੀ ਭੇਟਾ ਪੋਥੀ ਦੀ ਭੇਟਾ ਗੁਟਕੇ ਦੀ ਭੇਟਾ ਰੁਮਾਲਾ ਸਾਹਿਬ ਦੀ ਭੇਟਾ ਕਦੀ ਨਹੀਂ ਕਹੈ ਸਰਮਾਲੇ ਦਾ ਮੁੱਲ ਕਿੰਨਾ ਜਿਨ੍ਹਾਂ ਨੂੰ ਨਹੀਂ ਪਤਾ ਗੁਰਮਤ ਦਾ ਉਹ ਕਹਿਣਗੇ ਅਸੀਂ ਭੇਟਾਂ ਵਰਤਨੇ ਆ ਭੇਟਾ ਦਾ ਮਤਲਬ ਇਹ ਵੇ ਦਾਤਾ ਦਿੱਤਾ ਤੇਰੇ ਤੇਰੇ ਦਿੱਤੇ ਚੋਂ ਕੁਝ ਸਮਰਪਣ ਕਰਨ ਵਾਸਤੇ ਆਇਆ ਮੈਂ ਆਪਣੇ ਕੋਲ ਕੁਝ ਨਹੀਂ ਦੇਣ ਆਇਆ ਗੁਰੂ ਸਾਹਿਬ ਕਹਿੰਦੇ ਨੇ ਸਤਿਆਂ ਮਨ ਸੰਤੋਖ ਊਪਜੈ ਦੇਣੇ ਕਾ ਵਿਚਾਰ ਕਿਸੇ ਇਨਸਾਨ ਨੇ ਦਾਨਪੁਨ ਕੀਤਾ ਉਹਦਾ ਕਾਰੋਬਾਰ ਸੰਸਾਰਿਕ ਤੌਰ ਤੇ ਬਹੁਤ ਚੱਲ ਗਿਆ ਤੇ ਦੂਸਰੇ ਗਵੰਡੀ ਨੇ ਸੁਣਿਆ ਪੁੱਛਿਆ ਕਿਵੇਂ ਹੋਇਆ ਕਹਿੰਦਾ ਭਾਈ ਅਸੀਂ ਤਾਂ ਫਲਾਣੀ ਥਾਂ ਤੇ ਆ ਕੁਝ ਕੀਤਾ ਬਸ ਬਾਰੇ ਨਿਆਰੇ ਹੋ ਗਏ ਉਹ ਕਹਿੰਦਾ ਸੰਤੋਖ ਊਪਜੈ ਦਰਤ ਉਹ ਆਪਣੇ ਖਰਚੇ ਤੇ ਕੰਟਰੋਲ ਕਰਦਾ ਵੀ ਮੈਂ ਵੀ ਦਾਨ ਕਰਾਂਗਾ ਚੰਗੀ ਬਿਰਤੀ ਪਰ ਉਹ ਇਸ ਕਰਕੇ ਨਹੀਂ ਕਿ ਮੈਂ ਆਪਣੇ ਆਪ ਨੂੰ ਸਮਰਪਿਤ ਕਰ ਲਈ ਉਹ ਇਸ ਕਰਕੇ ਦਾਨ ਕਰਨ ਜਾ ਰਿਹਾ ਇਹਦੇ ਬਦਲੇ ਮੇਰਾ ਕਿੰਨਾ ਕੁ ਚੱਲੇਗਾ ਸੁਣੋ ਸਤਿਆਂ ਮਨ ਸੰਤੋਖ ਊਪਜੈ ਇਥੇ ਸੰਤੋਖ ਦਰਤ ਉਹ ਨਹੀਂ ਜਿਹੜਾ ਨਾਮ ਰਈ ਸੰਤੋਖ ਪੈਦਾ ਮਤਲਬ ਹੱਟ ਕਰਕੇ ਪੈਸੇ ਬਚਾ ਲਿਆ ਦੇਣਾ ਕਹਿ ਵਿਚਾਰ ਦੇਣ ਦੇ ਫੁਰਨੇ ਪੈਦਾ ਹੋ ਗਏ ਦੇ ਦੇ ਮੰਗਾ ਸਹਿਸਾ ਗੁਣਾ ਸਹਿਸ ਦਾ ਅਰਥ ਹੈ ਹਜ਼ਾਰ ਇੱਕ ਸਹਿਸ ਦਾ ਅਰਥ ਹੈ ਤੋਖਲਾ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਉਹ ਉਸ ਹਜ਼ਾਰ ਨਹੀਂ ਸਤਿਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗਾ ਸਹਿਸਾ ਗੁਣਾ ਦਿੰਦੇ ਇੱਕ ਗੁਣਾ ਨੇ ਮੰਗਦੇ 1000 ਗੁਣਾ ਨੇ ਤੇ ਜਦੋਂ 1000 ਗੁਣਾ ਮਿਲ ਜਾਏ ਉਹਦੇ ਦਿੱਤੇ ਨੂੰ ਨਹੀਂ ਚੇਤੇ ਕਰਦੇ ਜਿਹੜਾ ਆਪਣਾ ਦਿੱਤਾ ਸ਼ੋਭ ਕਰੇ ਸੰਸਾਰ ਲੋਕ ਚਰਸਤੇ ਵਿੱਚ ਮੇਰਾ ਨਾਮ ਲੈਣ ਮੈਂ ਇੰਨਾ ਵੱਡਾ ਦਾਨੀਆਂ ਤੇ ਮੈਂ ਇਨਾ ਲਾਨ ਕੀਤਾ ਹੈ ਨਹੀਂ ਪਿਆਰਿਓ ਇਹ ਨਹੀਂ ਗੁਰੂ ਘਰ ਚ ਇਸ ਤਰ੍ਹਾਂ ਦੀ ਬਿਰਤੀ ਧੰਨ ਦੀ ਬੜੀ ਵੱਡੀ ਸੇਵਾ ਹੈ ਧੰਨ ਤੋਂ ਬਿਨਾਂ ਅੱਗੇ ਚੱਲਣਾ ਕੀ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸਭ ਤੋਂ ਜ਼ਿਆਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਜਿੰਨੀ ਮਾਇਆ ਦੀ ਦੁਰਗਤੀ ਕਬੀਰ ਭਗਤ ਨੇ ਕੀਤੀ ਐ ਇੰਨੀ ਕਿਸੇ ਨੇ ਨਹੀਂ ਆਪ ਜਿਹੜੇ ਪਾਠ ਕਰਦੇ ਹੋ ਇੱਥੋਂ ਤੱਕ ਸਰਪਣੀ ਸ਼ਬਦ ਵਰਤਿਆ 나ਗਣ ਸ਼ਬਦ ਵਰਤਿਆ ਡੈਣ ਸ਼ਬਦ ਵਰਤਿਆ ਭਗਤ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਕਈ ਤਰੀਕਿਆਂ ਨਾਲ ਆਈ ਉਹਨਾਂ ਦੇ ਇਹ ਵੀ ਬਚਨ ਪੜ੍ਹਨੇ ਆ ਨਾਕੋ ਕਾਟੀ ਕਾਨੋ ਕਾਟੀ ਕਾਂਠਕੂਟ ਕੇ ਡਾਰੀ ਕਉ ਕਬੀਰ ਸੰਤਨ ਕੀ ਬੇਰਨ ਤੀਨ ਲੋਕੀ ਪਿਆਰੇ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਸ਼ਰੀਆ ਬਾਣੀ ਨੇ ਕਿਹਾ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਇਨਾ ਸ਼ਬਦ ਵਰਤੇ ਪਰ ਮਹਿਰਾਨ ਹੋਇਆ ਕਬੀਰ ਸਾਹਿਬ ਨੇ ਵੀ ਇੱਕ ਜਗ੍ਹਾ ਤੇ ਕਿਹਾ ਕਹਿਣ ਲੱਗੇ ਗ੍ਰਹਿ ਸੋਭਾ ਜਾ ਕੇ ਰੇ ਨਾਹੀਂ ਆਵਤ ਪਹੀਆ ਖੋਤੇ ਜਾਹੇ ਪਰਮਾਤਮਾ ਹੈ 나ਗਨੀ ਪਰ ਜਿਹਦੇ ਘਰ ਦੇ ਅੰਦਰ ਗ੍ਰਹਿ ਸ਼ੋਭਾ ਮਾਇਆ ਨਹੀਂ ਉਹਦੇ ਘਰ ਵਿੱਚ ਪ੍ਰਾਉਣਾ ਵੀ ਰੋਟੀ ਖਾ ਕੇ ਰੱਜ ਕੇ ਨਹੀਂ ਜਾਂਦਾ ਹੁੰਦਾ ਮੈਂ ਬੇਨਤੀ ਕਰਾਂਗਾ ਗੁਰੂ ਨੇ ਧਨ ਲਈ ਜਿਹੜਾ ਸ਼ਬਦ ਵਰਤੇ ਆ ਸੁਣੋ ਇਸ ਬੇਨਤੀ ਇੱਕ ਸ਼ਬਦ ਵਰਤਿਆ ਗੁਜਰਾਨ ਇਹ ਸੁਭੈ ਕਰਨ ਸੀ ਕਹਿ ਦਿੰਨੇ ਤੇ ਬੜੇ ਦਿਨ ਦੀ ਵਿਆਖਿਆ ਕਿ ਇਸਤਰੀ ਈਮਾਨ ਹੈ ਧੌਲਤ ਗੁਜਰਾਨ ਹੈ ਪੁੱਤਰ ਨਿਸ਼ਾਨ ਹੈ ਫਕੀਰੀ ਨਾ Hindu ਨਾ ਮੁਸਲਮਾਨ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਬੋਲ ਨੇ ਨਾ ਕਿ ਦੌਲਤ ਗੁਜਰਾਨ ਸ਼ਬਦ ਵਰਤੇ ਹੈ ਬੜਾ ਸੋਹਣਾ ਸ਼ਬਦ ਵਰਤਿਆ ਮਹਾਰਾਜ ਨੇ ਇਹ ਸਿਰਫ ਓਨੀ ਦੇਰ ਤੱਕ ਚੱਲੇਗੀ ਜਿੰਨੇ ਦੇਰ ਤੱਕ ਬਾਡੀ ਚੱਲਦੀ ਹੈ ਇਹ ਗੁਜਾਰੇ ਮਾਤਰੇ ਇਹ ਅੱਗੇ ਥਾਂ ਦੀਵਾਨ ਲਈ ਨਹੀਂ ਔਰਤ ایمان ਹੈ ਸੱਚ ਹੈ ਵੇ ਕਿ ਬੰਦਾ ਗ੍ਰਿਸ਼ਤੀ ਹੈ ਉਹਦੀ ਸੁਪਤਨੀ ਉਹਦੀ ਘਰ ਵਾਲੀ ਨਾਲ ਹੈ ਕਿ ਇਹ ਤੋਂ ਵੱਡਾ ਧਰਮ ਕੋਈ ਨਹੀਂ ਉਹਦੀ ਸੁਪਤਨੀ ਨਾਲ ਹੋਵੇ ਉਹਦੇ ਜੀਵਨ ਉੱਤੇ ਛੇਤੀ ਕੋਈ ਉਂਗਲ ਨਹੀਂ ਝੁਕ ਸਕਦਾ ਮਾਰਾ ਨੇ ਇਸਤਰੀ ਨੂੰ ਧਰਮ ਕਿਹਾ ਹੈ ਈਮਾਨ ਸ਼ਬਦ ਵਰਤਿਆ ਹੈ ਦੌਲਤ ਗੁਜਰਾਨ ਹੈ ਇੱਥੇ ਇੱਕ ਹੋਰ ਬੇਨਤੀ ਮੈਂ ਕਰਦਾ ਜਾਵਾਂ ਕਿਉਂਕਿ ਪਹਿਲਾ ਅਰਜ਼ ਕੀਤੀ ਤਨ ਦੀ ਸੇਵਾ ਦੂਜਾ ਸ਼ਬਦ ਅਸੀਂ ਵਰਤਿਆ ਤਨ ਦੀ ਸੇਵਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਇੱਕ ਇਤਿਹਾਸ ਵਿੱਚ ਘਟਨਾ ਹੈ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਇੱਕ ਸਰਦਾਰ ਦਿਆਲ ਸਿੰਘ ਹੋਏ ਜਿਹੜੇ ਚਮਕੌਰ ਸਾਹਿਬ ਗਏ ਹੋਣਗੇ ਬੜੀ ਟੂਕ ਮਾਤਰ ਜੀ ਮੈਂ ਤੁਹਾਨੂੰ ਬੇਨਤੀ ਕਰ ਦੇਣਾ ਚਮਕੌਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਬੇਲਾ ਜਿੱਥੇ ਵੱਡੇ ਸ਼ਹਿਜ਼ਾਦੇ ਸ਼ਹੀਦ ਹੋਏ ਉੱਥੋਂ ਦੀ ਇੱਕ ਰਾਇਸ ਹੋਏ ਨੇ ਸਰਦਾਰ ਦਿਆਲ ਸਿੰਘ ਜੀ ਬੜੀ ਇਹਨਾਂ ਕੋਲ ਦੌਲਤ ਜ਼ਮੀਨ ਬੜੀ ਸੀ ਜੀ ਇਹ ਆਪਣੇ ਪਿੰਡ ਤੋਂ ਰੋਜ਼ਾਨਾ ਨਗਨ ਪੈਰ ਹੁੰਦੇ ਸਨ ਚਮਕੌਰ ਸਾਹਿਬ ਉਹ ਥਾਂ ਲੱਭਣ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਸ਼ਹਿਜ਼ਾਦਿਆਂ ਦਾ ਤੇ ਸਿੱਖਾਂ ਦਾ ਸਸਕਾਰ ਕੀਤਾ ਗਿਆ ਜਿਹਨੂੰ ਆਪਜੀ ਜੀ ਦੇ ਦਰਸ਼ਨ ਕੀਤੇ ਹੋਣੇ ਜਿਹਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਕਹਿੰਦੇ ਨੇ ਉੱਤੇ ਗੜੀ ਹੈ ਥੱਲੇ ਕਤਲਗੜ੍ਹ ਸਾਹਿਬ ਤੇ ਪੰਜਾਬ 'ਚ ਵੈਸੇ ਚਾਹੀਦਾ ਹੈ ਕਿ ਸਮਾਂ ਮਿਲਦਾ ਜਿਵੇਂ ਆਪਾਂ ਛੁੱਟੀਆਂ ਲਈ ਖੱਬੇ ਸੱਜੇ ਜਾਂਦੇ ਆ ਨਹੀਂ ਪਿਆਰਿਓ ਸਮਾਂ ਜ਼ਰੂਰ ਕੱਢੋ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੇ ਖੂਨ ਦੀਆਂ ਬੂੰਦਾਂ ਡਿੱਗੀਆਂ ਨੇ ਨਾ ਆਪਣੇ ਪੁੱਤਾਂ ਨੂੰ ਜ਼ਰੂਰ ਮੱਥਾ ਟਿਕਾ ਕੇ ਲਿਆਇਆ ਕਰੋ ਉਹ ਰੋਜ਼ ਆਉਂਦਾ ਸੀ ਉਹਨੇ ਥਾਂ ਲੱਭਣੀ ਕਿੱਥੇ ਸਸਕਾਰ ਹੋਇਆ ਉਦੋਂ ਇਹ ਹੈ ਨ ਲੱਭੀ ਨਹੀਂ ਸੀ ਤਖੀਰ ਤੇ ਲੱਭਦਿਆਂ ਲੱਭਦਿਆਂ ਜਦੋਂ ਇਹ ਜਗਾ ਲੱਭ ਗਈ ਸਰਦਾਰ ਜੀ ਉਸ ਦਿਨ ਬੈਰਾਗ ਵਿੱਚ ਆ ਕੇ ਬਹੁਤ ਰੋਏ ਜਿਸ ਦਿਨ ਨੀ ਪੱਥਰ ਰੱਖਣ ਲੱਗੇ ਹਾਂ ਇਸ ਇਹ ਜੇ ਕੋਈ ਪੁੱਛੇ ਵੀ ਕਿਹੜੀ ਥਾਂ ਤੇ ਲਿਖਿਆ ਮੈਨੂੰ ਯਾਦ ਸਰਦਾਰ ਕਰਮ ਸਿੰਘ ਸਟੋਰੀਅਨ ਉਹਨਾਂ ਨੇ ਇੱਕ ਕਿਤਾਬ ਐਡਿਟ ਕੀਤੀ ਸੀ ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ ਉਹਦੇ ਵਿੱਚ ਇਹ ਘਟਨਾ ਲਿਖੀ ਜਦੋਂ ਦੀਪ ਅਤਰ ਲਖਣ ਲੱਗੇ ਤੇ ਭਾਈ ਸਾਹਿਬ ਨੂੰ ਜਿਹੜੇ ਅਰਦਾਸ ਕਰਨ ਵਾਲੇ ਸਨ ਉਹਨਾਂ ਨੇ ਇੱਕ ਸ਼ਬਦ ਵਰਤਿਆ ਕਹਿਣ ਲੱਗੇ ਅਰਦਾਸ ਵਿੱਚ ਬੇਨਤੀ ਕਰਿਓ ਕਿ ਦਿਆਲ ਸਿੰਘ ਦੀ ਵੰਸ਼ ਨਾ ਅੱਗੇ ਚੱਲੇ ਬੜੀ ਬੜੀ ਹੈਰਾਨਗੀ ਦੀ ਅਰਦਾਸ ਸੀ ਕਿਤਾਬ ਦਾ ਮੈਂ ਜ਼ਿਕਰ ਤਾਂ ਕਰ ਦਿੱਤਾ ਆ ਪੜ ਸਕਦੇ ਹੋ ਵੰਸ਼ ਨਾ ਅੱਗੇ ਚੱਲੇ ਸਾਰੇ ਬੈਰਾਗ ਚ ਅੱਗੇ ਸਰਦਾਰ ਜੀ ਇੰਨੀ ਸੇਵਾ ਨਗਨ ਚਰਨ ਇੰਨੇ ਰਾਹੀ ਤੁਸੀਂ ਅਗੋਹਾ ਬੜਾ ਸੋਹਣਾ ਉੱਤਰ ਦਿੱਤਾ ਕਹਿ ਲੱਗੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੀ ਖਾਤਰ ਆਪਣੇ ਬੱਚੇ ਵੀ ਇੱਥੇ ਸ਼ਹੀਦ ਕਰਾ ਗਏ ਮੈਂ ਇਹ ਇਮਾਰਤ ਸ਼ੁਰੂ ਕਰਨ ਲੱਗਾ ਕੱਲ ਨੂੰ ਮੇਰੀ ਵੰਸ਼ੇ ਦੇ ਉੱਤੇ ਕਿਤੇ ਦਾਵਾ ਨਾ ਪੇਸ਼ ਕਰਦੇ ਮੈਂ ਸੋਚਣਾ ਏਡੀ ਵੱਡੀ ਸੇਵਾ ਹਰਮੰਦਰ ਸਾਹਿਬ ਜਦੋਂ ਅਬਦਾਲੀ ਨੇ ਢਾਇਆ ਮੈਂ ਤਿਉਕਮਾਤਰ ਕਹਿਣ ਲੱਗਾ ਮਿਸਤਰੀ ਦੇਸ ਰਾਜ ਸੁਰ ਸਿੰਘ ਵਾਲਿਆਂ ਬਣਾਇਆ ਜਿਹੜੀ ਇਹ ਬਿਲਡਿੰਗ ਹੈ ਗੁਰੂ ਅਰਜੁਨ ਦੇਵ ਦੇ ਵੇਲੇ ਦੀ ਨਹੀਂ ਦਰਬਾਰ ਸਾਹਿਬ ਬੇ ਸੋਈਏ ਇਹ ਸਰਦਾਰ ਜੱਸਾ ਸਿੰਘਾਲੋ ਵਾਲੀਆ ਉਹਨਾਂ ਵੇਲੇ ਮਿਸਤਰੀ ਦੇਸ ਰਾਜ ਹੋਇਨੀ ਸੋਰ ਸਿੰਘ ਪਿੰਡ ਤੋਂ ਉਹਨਾਂ ਦੇ ਘਰ ਦੌਲਤ ਨਾਲ ਖਜ਼ਾਨੇ ਭਰੇ ਸੰਗਤ ਦੀ ਦੌਲਤ ਨਾਲ ਪਰ ਆਪਣੀ ਘਰ ਵਾਲੀ ਤੇ ਇਸਤਰੀ ਬੇਟੀ ਨੂੰ ਕਹਿੰਦੇ ਸੰ ਦਿਹਾੜੀ ਕਰਕੇ ਲਿਆਇਓ ਇਹ ਗੁਰੂ ਕੇ ਸੰਗਤ ਦੀ ਦੌਲਤ ਹੈ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਤਨ ਦੀ ਸੇਵਾ ਬੜੀ ਵੱਡੀ ਥਾਂ ਰੱਖਦੀ ਹੈ ਤਨ ਦੀ ਸੇਵਾ ਗੁਰੂ ਸਾਹਿਬ ਨੇ ਤੁਹਾਨੂੰ ਸਵੀਕਾਰ ਕੀਤਾ ਇਹਨੂੰ ਖੇਤ ਨਹੀਂ ਕੀਤੀ ਭਾਵਾਂ ਅੱਜ ਸਾਰੇ ਅਸੀਂ ਲੋਕ ਮਾਇਆ ਮਾਇਆ ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਪਹਿਲੀ ਗੱਲ ਤੇ ਮਾਇਆ ਹੈ ਕੀ ਅਸੀਂ ਕਰੰਸੀ ਨੂੰ ਮਾਇਆ ਕਹਿੰਨੇ ਯਾਦ ਰੱਖਿਓ ਜਿੰਨੂੰ ਅਸੀਂ ਮਾਇਆ ਕਹਿੰਨੇ ਇਹ ਤੋਂ ਦੇ ਪ੍ਰਧਾਨ ਮੰਤਰੀ ਨੇ ਇੱਕ ਦਿਨ ਚ ਮਿੱਟੀ ਕਰਕੇ ਰੱਖ ਦਿੱਤੀ ਸਾਰੀ ਛੋਟ ਛੜਾ ਦਿੱਤੀ ਸਭ ਨੂੰ ਗੁਰੂ ਗ੍ਰੰਥ ਸਾਹਿਬ ਮੁਤਾਬਕ ਥੋੜਾ ਜਿਹਾ ਯਾਦ ਰੱਖਿਓ ਇੱਕ ਬੱਚਾ ਹੈ ਜੀ ਮੰਨ ਲਓ ਤੁਹਾਡੇ ਕੋਲ 6 ਮਹੀਨੇ ਦਾ ਉਹਨੂੰ ਪਤਾ ਹੈ ਨਾ ਓਟ ਕੀ ਨਹੀਂ ਪਤਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਮਾਂ ਦਾ ਦੁੱਧ ਸ਼ੁਰੂ ਕਰਦਾ ਉਹਨੂੰ ਮਾਇਆ ਲੱਗ ਜਾਂਦੀ ਹੈ ਆਨੰਦ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ